ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਡਿਸ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਹੀ ਟੇਸਟੀ ਜਿਹਾ ਕੇਕ ਬਣਾਉਣ ਲੱਗੇ ਆਪਾਂ, ਬਿਲਕੁਲ ਸੌਖੇ ਤਰੀਕੇ ਦੇ ਨਾਲ। ਵੀਡੀਓ ਨੂੰ ਸਕਿੱਪ ਨਾ ਕਰਿਓ, ਐਂਡ ਤੱਕ ਦੇਖਿਓ। ਅਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਅਸੀਂ ਜਿਹੜਾ ਕੇਕ ਬਣਾ ਕੇ ਤਿਆਰ ਕਰਨਾ। ਜ਼ਿਆਦਾ ਸਮਾਨ ਵੀ ਨਹੀਂ ਇਹਦੇ ਵਾਸਤੇ ਚਾਹੀਦਾ। ਦੇਖੋ ਕਿੰਨਾ ਸੋਹਣਾ ਕੇਕ ਬਣ ਕੇ ਤਿਆਰ ਹੋਇਆ, ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ। ਅਤੇ ਚਲੋ ਜੀ, ਆਪਾਂ ਜਿਹੜਾ ਸ਼ੁਰੂ ਕਰਦੇ ਹਾਂ। ਅਤੇ ਹੁਣ ਇੱਕ ਆਪਾਂ ਲੈ ਲਿਆ ਮਿਕਸੀ ਕੱਪ, ਇਹਦੇ ਵਿੱਚ ਆਪਾਂ ਅੱਧੀ ਕੌਲੀ ਪਾਈ ਪੀਸੀ ਹੋਈ ਖੰਡ, ਅਤੇ ਉਹਦੇ ਤੋਂ ਅੱਧਾ ਪਾਇਆ ਘਿਓ, ਜਿੰਨੀ ਖੰਡ ਉੱਤੋਂ ਅੱਧਾ ਪਾਇਆ ਘਿਓ, ਆਪਾਂ ਦੇਸੀ ਘਿਓ ਪਾਇਆ ਜੀ। ਅਤੇ ਇਹਦੇ ਵਿੱਚ ਆਪਾਂ ਦਹੀਂ ਪਾ ਦਿੰਦੇ ਹਾਂ, ਤਾਜ਼ਾ ਦਹੀਂ ਆ, ਅਤੇ 2 ਚਮਚੇ ਜਿਹੜੇ ਆਪਾਂ ਦਹੀਂ ਦੇ ਪਾ ਦਿੱਤੇ ਇਹਦੇ ਵਿੱਚ। ਅਤੇ ਹੁਣ ਇਹਨਾਂ ਚੀਜ਼ਾਂ ਨੂੰ ਪਹਿਲਾਂ ਆਪਾਂ ਸਵਾਰ ਕੇ ਮਿਕਸ ਕਰ ਲੈਂਦੇ। ਹੁਣ ਇਹ 'ਚ ਆਪਾਂ ਪਾਤੀ 1.25 ਕੌਲੀ ਸੂਜੀ ਦੀ, ਭਰੀ ਉਹਨੀ ਹੈਗੀ, ਥੋੜ੍ਹੀ ਜਿਹੀ ਘੱਟ ਆ। ਅਤੇ ਸੂਜੀ ਤੋਂ ਬਾਅਦ ਆਪਾਂ ਇਹ 'ਚ ਪਾਏ 2 ਚਮਚੇ ਮਿਲਕ ਪਾਊਡਰ ਦੇ, 2 ਚਮਚੇ ਪਾਏ ਨਾਰੀਅਲ ਦਾ ਬਰਾਦਾ। ਅਤੇ ਇਹਨਾਂ ਚੀਜ਼ਾਂ ਨੂੰ ਹੁਣ ਪਾ ਕੇ, ਅਤੇ ਇਹ ਲਈ ਜੀ ਜਿੰਨੀ ਆਪਣੀ ਸੂਜੀ ਸੀ ਉਨਾ ਆਪਾਂ ਲਿਆ ਦੁੱਧ, ਸਾਰਾ ਇੱਕੋ ਵਾਰੀ ਨਹੀਂ ਪਾਉਣਾ, ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾ ਦਿੱਤਾ ਆ। ਅਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਿਆ ਸਵਾਰ ਕੇ, ਬਿਲਕੁਲ ਸੌਖੇ ਤਰੀਕੇ ਨਾਲ। ਬਹੁਤ ਹੀ ਟੇਸਟ ਜਿਹਾ ਕੇਕ ਬਣਾ ਕੇ ਆਪਾਂ ਤਿਆਰ ਕਰਨਾ। ਅਤੇ ਇਹਨੂੰ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਦਿੰਦੇ ਹਾਂ, ਸਾਰਾ ਜਿੰਨਾ ਮਟੀਰੀਅਲ ਹੈਗਾ ਨਾ, ਸਾਰਾ ਆਪਾਂ ਡੋਂਗੇ 'ਚ ਕੱਢ ਕੇ। ਅਤੇ ਇਹਨੂੰ ਹੁਣ ਆਪਾਂ ਇੱਦਾਂ ਦਾ ਬਣਿਆ ਇਹ, ਇਹਨੂੰ ਆਪਾਂ ਢੱਕ ਦੇਣਾ, ਸੂਜੀ ਫੁੱਲ ਜਾਵੇ ਜਿਹੜੀ, ਜਦੋਂ ਤੱਕ ਆਪਾਂ ਕੇਕ ਟਿਨ ਤਿਆਰ ਕਰਦੇ ਹਾਂ ਜੀ। ਅਤੇ ਇਹਦੇ ਵਿੱਚ ਆਪਾਂ ਜਿਹੜਾ ਆ ਬਟਰ ਪੇਪਰ ਨਹੀਂ ਲਾਉਣਾ, ਮੈਦਾ ਨਹੀਂ ਲਾਉਣਾ, ਕੁਛ ਨਹੀਂ ਲਾਉਣਾ, ਆਪਾਂ ਬਸ ਇੱਦਾਂ ਇਹਦੇ ਵਿੱਚ ਅੱਜ ਕੇਕ ਬਣਾਉਣਾ। ਅਤੇ ਸਵਾਰ ਕੇ ਇਹਨੂੰ ਆਪਾਂ ਗਰੀਸ ਕਰ ਲੈਣਾ, ਸਾਈਡਾਂ ਵੀ ਚੰਗੀ ਤਰ੍ਹਾਂ ਗਰੀਸ ਕਰ ਦੇਣੀਆਂ ਆ। ਅਤੇ ਫਿਰ ਦੇਖਦੇ ਹਾਂ ਆਪਾਂ ਕਿੱਦਾਂ ਦਾ ਕੇਕ ਜਿਹੜਾ ਬਣਦਾ। ਅੱਗੇ ਆਪਾਂ ਬਟਰ ਪੇਪਰ ਲਾ ਕੇ ਜਿਹੜਾ ਬਣਾਈਦਾ ਨਾ, ਅੱਜ ਆਪਾਂ ਲਾਉਣਾ ਨਹੀਂ ਗਾ, ਇੱਦਾਂ ਬਣਾਉਣਾ। ਅਤੇ ਇਹਨੂੰ ਆਪਾਂ ਕਰਤਾ ਸਾਈਡ, ਕੜਾਹੀ ਆਪਾਂ ਰੱਖੀ ਉਹ ਗਰਮ, ਲੂਣ ਗਰਮ ਹੋਣ ਨੂੰ ਮੈਂ ਰੱਖਿਆ ਹੈ, ਨਮਕ ਜਿਹੜਾ ਆਪਾਂ ਵਾਰ ਵਾਰ ਉਹੀ ਵਰਤਦੇ ਉਹੀ ਗਰਮ ਕਰ ਲਿਆ। ਦੇਖੋ ਕਿੰਨੀ ਜਿਹੜੀ ਸਖਤ ਹੋ ਗਈ ਹੈ ਸੂਜੀ ਪਹਿਲਾਂ ਨਾਲੋਂ। ਅਤੇ ਹੁਣ ਇਹਦੇ ਵਿੱਚ ਆਪਾਂ ਕੇਸਰ ਵਾਲਾ ਦੁੱਧ ਪਾ ਦਿੱਤਾ, ਮੈਂ ਕੇਸਰ ਭੇਜ ਕੇ ਰੱਖਿਆ ਸੀ। ਅਤੇ ਇਹਦੇ ਨਾਲ ਟੇਸਟ ਵੀ ਵਧੀਆ ਆਉਂਦਾ, ਰੰਗ ਵੀ ਵਧੀਆ ਹੋ ਜਾਂਦਾ ਆ। ਅਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਿੱਤਾ ਆ, ਅਤੇ ਇਹਨੂੰ ਆਪਾਂ ਇੱਦਾਂ ਹੌਲੀ ਹੌਲੀ ਜਿਹੜਾ ਮਿਕਸ ਕਰਦੇ ਹਾਂ। ਬਹੁਤ ਹੀ ਟੇਸਟ ਜਿਹੜਾ ਆ, ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਪਸੰਦ ਆਉਣ ਵਾਲਾ ਕੇਕ ਆ ਇਹ। ਜਿੰਨੀ ਕੁ ਲੋੜ ਹੋਊਗੀ ਉਨਾ ਕੁ ਆਪਾਂ ਦੁੱਧ ਪਾਉਣਾ, ਇੱਕੋ ਵਾਰੀ ਦੁੱਧ ਨਹੀਂ ਇਹ 'ਚ ਪਾਉਣਾ। ਅਤੇ ਦੇਖੋ ਹਾਲੇ ਵੀ ਸਹੀ ਨਹੀਂ ਗਾ ਇਹ, ਜਿੱਦਾਂ ਦਾ ਚਾਹੀਦਾ ਆ। ਅਤੇ ਪਹਿਲਾਂ ਇਹਨੂੰ ਆਪਾਂ ਇੱਦਾਂ ਮਿਕਸ ਕਰ ਲਿਆ ਆ। ਅਤੇ ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਦੁੱਧ ਜਿਹੜਾ ਹੋਰ ਪਾਉਂਦੇ ਹਾਂ, ਕੜਾਹੀ ਮੈਂ ਉੱਧਰ ਜਿਹੜੀ ਗਰਮ ਹੋਣ ਨੂੰ ਰੱਖੀ ਹੋਆ। ਦੇਖੋ ਬਿਲਕੁਲ ਥੋੜ੍ਹਾ ਜਿਹਾ ਦੁੱਧ ਆਪਾਂ ਹੋਰ ਪਾ ਦਿੱਤਾ, ਜਿੰਨਾ ਕੁ ਬਚੂਗਾ ਮੈਂ ਤੁਹਾਨੂੰ ਦਿਖਾ ਦੇਣਾ। ਅਤੇ ਜਿੰਨੀ ਆਪਣੀ ਸੂਜੀ ਸੀ ਉਨਾ ਹੀ ਆਪਾਂ ਦੁੱਧ ਲਿਆ ਆ। ਦੁੱਧ ਨਾ ਠੰਡਾ ਹੋਣਾ ਚਾਹੀਦਾ ਨਾ ਗਰਮ ਹੋਣਾ ਚਾਹੀਦਾ। ਅਤੇ ਸਵਾਰ ਕੇ ਇਹਨੂੰ ਇੱਦਾਂ ਮਿਕਸ ਕਰ ਲੈਂਦੇ ਹਾਂ। ਬਾਕੀ ਜਿਹੜਾ ਰਹਿੰਦੀਆਂ ਚੀਜ਼ਾਂ ਉਹ ਵੀ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ, ਅਤੇ ਬਸ ਮਿਕਸ ਇਹਨੂੰ ਇੱਦਾਂ ਸਵਾਰ ਕੇ ਕਰ ਦੇਣਾ। ਦੇਖੋ ਹੁਣ ਵਧੀਆ ਜਿਹੜਾ ਆਪਣਾ ਬੈਟਰ ਬਣ ਕੇ ਤਿਆਰ ਹੋ ਗਿਆ ਇਹ। ਹੁਣ ਇਹਦੇ ਵਿੱਚ ਆਪਾਂ ਪਾਉਣੇ ਜੀ ਟੂਟੀ ਫਰੂਟੀ, ਕੰਜੂਸੀ ਦੀ ਕਰਨੀ, ਘਰ ਬਣਾਈ ਉਹ ਆਪਾਂ ਚੰਗੀ ਤਰ੍ਹਾਂ ਪਾ ਦੇਣੀ ਆ। ਅਤੇ ਬਹੁਤ ਵਧੀਆ ਇਹ ਕੇਕ ਜਿਹੜਾ ਲੱਗਦਾ, ਇਹਦੇ ਨਾਲ ਟੇਸਟੀ ਵੀ ਬਹੁਤ ਲੱਗਦਾ ਆ, ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ। ਇਹ ਪਾਇਆ ਜੀ ਬੇਕਿੰਗ ਪਾਊਡਰ 1/2 ਚਮਚਾ, ਅਤੇ ਚੁਟਕੀ ਇੱਕ ਪਾ ਦਿੰਦੇ ਬੇਕਿੰਗ ਸੋਡਾ, ਬਿਲਕੁਲ ਥੋੜ੍ਹਾ ਜਿਹਾ ਖਾਣ ਵਾਲਾ ਸੋਡਾ ਜਿਹੜਾ ਹੁੰਦਾ, ਮਾੜਾ ਜਿਹਾ ਦੁੱਧ ਆਪਾਂ ਹੋਰ ਇਹਦੇ ਉੱਤੇ ਪਾ ਦਿੰਦੇ ਹਾਂ। ਅਤੇ ਆ ਬਾਕੀ ਇੰਨਾ ਦੁੱਧ ਆਪਣਾ ਬਚਿਆ, ਦੇਖੋ 2 ਚਮਚੇ ਦੁੱਧ ਆਪਣੇ ਕੋਲ ਬਚ ਗਿਆ ਕੌਲੀ ਦੇ ਵਿੱਚੋਂ।
ਬਸ ਹੋਰ ਨਹੀਂ ਦੁੱਧ ਆਪਾਂ ਇਹ 'ਚ ਪਾਉਣਾ। ਅਤੇ ਹੁਣ ਜਿਹੜਾ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਹੈ ਨਾ ਕੇਕ ਵਾਸਤੇ, ਉੱਦਾਂ ਦਾ ਆਪਣਾ ਬੈਟਰ ਜਿਹੜਾ ਬਣ ਕੇ ਤਿਆਰ ਹੋ ਗਿਆ। ਅਤੇ ਬਸ ਆਪਾਂ ਇਹ 'ਚ ਕੁਛ ਨਹੀਂ ਲਾਉਣਾ, ਅੱਜ ਬਟਰ ਪੇਪਰ ਨਹੀਂ ਲਾਉਣਾ, ਇੱਦਾਂ ਹੀ ਆਪਾਂ ਬਣਾਉਣ ਲੱਗੇ ਹਾਂ। ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਕਰਿਆ ਕਰੋ ਜੀ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ। ਸੌਖੇ ਜਿਹਾ ਤਰੀਕੇ ਨਾਲ ਛੋਟੀਆਂ ਛੋਟੀਆਂ ਵੀਡੀਓ ਬਣਾ ਕੇ ਅਸੀਂ ਲੈ ਕੇ ਆਉਂਦੇ ਹੁੰਦੇ, ਸਪੋਰਟ ਕਰ ਦਿਆ ਕਰੋ ਜੀ ਮੇਰੇ ਚੈਨਲ ਨੂੰ। ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਵਧਣਾ ਜੀ, ਸਾਡਾ ਹੌਸਲਾ ਵਧਣਾ ਆ। ਨਵੇਂ ਵਿਊਅਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ, ਅਤੇ ਇਹਨੂੰ ਟੈਪ ਕਰਤਾ ਦੋ ਤਿੰਨ ਕੁ ਵਾਰੀ, ਉੱਪਰ ਵੀ ਆਪਾਂ ਟੂਟੀ ਫਰੂਟੀ ਇਹਦੇ ਪਾ ਦਿੰਦੇ ਹਾਂ ਚੰਗੀ ਤਰ੍ਹਾਂ, ਸਾਰੇ ਦੇ ਉੱਤੇ ਪਾ ਦਿੰਦੇ ਹਾਂ, ਕਿਉਂਕਿ ਆਪਾਂ ਬਣਾਈ ਹੈ ਨਾ, ਮੈਂ ਵੀਡੀਓ ਪਾਈ ਹੋ ਇਹਦੀ, ਅਤੇ ਯੂਟਿਊਬ 'ਤੇ ਤੁਸੀਂ ਸਰਚ ਕਰ ਸਕਦੇ ਹਾਂ ਜੀ, ਪੰਜਾਬੀ ਡਿਸ਼ ਚੈਨਲ 'ਤੇ, ਐਸੇ ਚੈਨਲ 'ਤੇ ਤੁਸੀਂ ਸਰਚ ਕਰ ਸਕਦੇ ਹਾਂ। ਅਤੇ ਦੇਖੋ ਲੂਣ ਜਿਹੜਾ ਗਰਮ ਹੋ ਗਿਆ, ਇਹਦੇ ਵਿੱਚ ਮੈਂ ਸਟੈਂਡ ਇੱਕ ਰੱਖਤਾ, ਅਤੇ ਹੁਣ ਆਪਾਂ ਜਿਹੜਾ ਕੇਕ ਰੱਖਤਾ ਵਿੱਚ ਅਤੇ ਢੱਕ ਦਿੱਤਾ ਐਨ, ਇਹਨੂੰ 30-35 ਮਿੰਟ ਤੋਂ ਪਹਿਲਾਂ ਨਹੀਂ ਖੋਲ੍ਹਣਾ, 30-35 ਮਿੰਟ ਤੋਂ ਬਾਅਦ ਇਹਨੂੰ ਖੋਲ੍ਹੋ, ਇੰਨੀ ਜਲਦੀ ਕੇਕ ਨਹੀਂ ਬਣਦਾ ਹੈਗਾ। ਅਤੇ ਚੈੱਕ ਕਰ ਲੈਂਦੇ ਆਪਾਂ ਇਹਨੂੰ, ਦੇਖੋ ਕਲੀਨ ਆ ਬਿਲਕੁਲ ਟੂਥਪਿਕ ਆਪਣਾ। 35-40 ਮਿੰਟ ਜਿਹੜੇ ਕੇਕ ਬਣਨੇ ਨੂੰ ਆਰਾਮ ਨਾਲ ਲੱਗ ਜਾਂਦੇ ਆ, ਕਿਉਂਕਿ ਸੇਕ ਆਪਾਂ ਘੱਟ ਰੱਖਣਾ ਹੁੰਦਾ। ਹੁਣ ਇਹਨੂੰ ਆਪਾਂ ਬਾਹਰ ਰੱਖ ਦਿੰਦੇ ਕੱਢ ਕੇ, ਜਦੋਂ ਐਨ ਠੰਡਾ ਹੋ ਜਾਊਗਾ ਇਹ ਆਪਣੇ ਆਪ ਜਿਹੜਾ ਕੇਕ ਟਿਨ ਦੇ ਵਿੱਚੋਂ ਬਾਹਰ ਆ ਜਾਣਾ। ਜੇ ਤੁਸੀਂ ਗਰਮ ਗਰਮ ਕੱਢੂਗੇ ਤਾਂ ਟੁੱਟ ਜਾਊਗਾ ਇਹ, ਅਤੇ ਠੰਡਾ ਕਰਕੇ ਕੱਢੂਗੇ ਆਪਣੇ ਆਪ ਨਿਕਲ ਜਾਣਾ। ਦੇਖੋ ਸਾਈਡਾਂ ਐਨ ਛੱਡ ਤੀਆਂ ਉਹਨੇ, ਬਿਲਕੁਲ ਠੰਡਾ ਹੋ ਗਿਆ ਕੇਕ ਐਨ। ਅਤੇ ਹੁਣ ਇਹਨੂੰ ਥੋੜ੍ਹਾ ਥੋੜ੍ਹਾ ਇੱਦਾਂ ਛਡਾ ਲੈਂਦੇ ਆਪਾਂ, ਸਾਈਡਾਂ ਤੋਂ ਥੋੜ੍ਹਾ ਥੋੜ੍ਹਾ ਅਲੱਗ ਕਰ ਲੈਂਦੇ। ਦੇਖ ਸਕਦੇ ਤੁਸੀਂ ਦੇਖਣ ਨੂੰ ਕਿੰਨਾ ਸੋਹਣਾ ਕੇਕ ਲੱਗਦਾ ਹੈ, ਇਹ ਖਾਣ ਨੂੰ ਇਹ ਤੋਂ ਵੀ ਜ਼ਿਆਦਾ ਟੇਸਟੀ ਆ। ਅਤੇ ਲਓ ਜੀ ਦੇਖੋ ਕਿੰਨੇ ਆਰਾਮ ਦੇ ਨਾਲ ਇਹ ਨਿਕਲ ਗਿਆ, ਨਾ ਉਹਨੂੰ ਪੱਟਣਾ ਪਿਆ ਨਾ ਉਹਨੂੰ ਦਬਾਉਣਾ ਪਿਆ, ਆਰਾਮ ਨਾਲ ਨਿਕਲ ਗਿਆ। ਜ਼ਿਆਦਾ ਕੇਕ ਇੰਨਾ ਚਿੰਬੜਿਆ ਵੀ ਨਹੀਂ, ਦੇਖੋ ਥੱਲੇ ਦੇ ਪਾਸਿਓ ਕਿੰਨਾ ਸੋਹਣਾ ਕੇਕ ਬਣ ਕੇ ਤਿਆਰ ਹੋਇਆ, ਅਤੇ ਉੱਪਰਲੇ ਪਾਸਿਓ ਵੀ ਐਨ ਕੇਕ ਬਣਿਆ, ਫਲਫੀ ਸਪੌਂਚੀ, ਅਤੇ ਬਹੁਤ ਹੀ ਵਧੀਆ ਕੇਕ ਆਪਣਾ ਬਣ ਕੇ ਤਿਆਰ ਹੋਇਆ। ਆਪਾਂ ਕੱਟ ਕੇ ਵੀ ਦਿਖਾ ਦਿੰਦੇ ਹਾਂ, ਅਤੇ ਜ਼ਰੂਰ ਟਰਾਈ ਕਰਿਓ ਜੀ, ਅਤੇ ਕਮੈਂਟ ਕਰਕੇ ਵੀ ਮੈਨੂੰ ਦੱਸ ਦਿਆ ਕਰੋ। ਤੁਹਾਡੇ ਕਮੈਂਟ ਜਿਹੜੇ ਮੈਨੂੰ ਬਹੁਤ ਹੀ ਹੌਸਲਾ ਦਿੰਦੇ ਆ ਇਹ, ਅਤੇ ਦੇਖੋ ਕੱਟਦੇ ਆ ਤੁਹਾਨੂੰ ਪਤਾ ਲੱਗਦਾ ਕਿ ਕਿੰਨਾ ਜਿਹੜਾ ਆ ਸਪੌਂਚੀ ਕੇਕ ਆਪਣਾ ਕਿੰਨਾ ਨਰਮ ਬਣਿਆ। ਦੇਖੋ ਜੀ ਦੇਖਣ ਨੂੰ ਵੀ ਕਿੰਨਾ ਸੋਹਣਾ ਆ, ਅਤੇ ਖਾਣ ਨੂੰ ਵੀ ਬਹੁਤ ਟੇਸਟੀ। ਬਣਾਓ ਖਾਓ ਜੀ। ਵੀਡੀਓ ਦੇਖਣ ਲਈ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਪੋਰਟ ਕਰੋ ਜੀ ਮੇਰੇ ਚੈਨਲ ਨੂੰ।